ਤੇਰੇ ਕਹਿੰਦੇ ਆ ਕਹਿੰਦੇ ਤੂੰ ਜਲੂਸ ਕੱਢੀ ਫਿਰਦੀ ਰੱਖਦੀ ਐ ਤਾਂ ਸਾਰਾ ਦਿਨ ਤੂੰ ਛੂਟ ਪਾ ਕੇ ਰੱਖਿਆ ਕਰ ਮੈਂ ਕਹਾਂ ਜੀ ਹੁਣ ਮੈਂ ਤਾਂ ਇਹੋ ਕੰਮ ਤੇ ਬੰਦਿਆ ਵਾਲਾ ਚੋਲ ਲੈ ਤੇ ਮੈਂ ਤਾਂ ਬੰਦਿਆ ਵਾਲੇ ਕੱਪੜੇ ਪਾਉਂਗੀ ਰੱਬ ਨੇ ਜ਼ਿੰਦਗੀ ਦਿੱਤੀ ਐ ਇੱਕ ਵਾਰ ਇਹਨੂੰ ਹਿੰਮਤ ਨਾਲ ਜੀਓ ਜਿਹੜੇ ਦਿਨ ਰੱਬ ਨੇ ਦਿੱਤੇ ਨੇ ਉਹ ਕੱਟਣੇ ਤਾਂ ਪੈਣੇ ਆ ਚਾਹੇ ਹੱਸ ਕੇ ਕੱਟਣੋ ਚਾਹੇ ਜੀ ਰੋ ਕੇ ਕੱਟਣ। ਵੱਡੇ ਵੱਡੇ ਬੰਦੇ ਕੋਈ ਬਾਈ ਜੀ ਕਹਿੰਦਾ ਕੋਈ ਪਪਾ ਕਹਿੰਦਾ ਕੋਈ ਬਾਬਾ ਜੀ ਕਹਿ ਜਾਂਦਾ ਇਹ ਮਤਲਬ ਬਹੁਤ ਇੱਜ਼ਤ ਹੁੰਦੀ ਆ ਜੀ ਪੱਗ ਨਾਲ ਮੇਰੇ ਘਰ ਵਾਲੇ ਨਾਲ ਮੇਰਾ ਤਲਾਕ ਹੋ ਗਿਆ ਸੀ ਆ ਜੀ ਮੈਂ ਇੱਥੇ ਆਪਦੇ ਪੇਕੇ ਦੇ ਘਰੇ ਰਹਿ ਰਹੀ ਆ ਮੇਰੇ 4 ਬੱਚੇ ਹੋਏ ਸੀ ਤਿੰਨ ਬੱਚੇ ਮੇਰੇ ਗੁਜ਼ਰ ਗਏ ਜੀ ਇੱਕ ਕੁੜੀ ਆ ਕੋਲ ਹੈ 5 ਸਾਲ ਮੈਂ ਦਿਹਾੜੀ ਕੀਤੀ ਆ ਜੀ ਤੇ ਬੁੜਕੇ ਮੈਂ ਰੋਟੀ ਦਾ ਢਾਬਾ ਕਰ ਲਿਆ ਸੀ ਜੀ 10-11 ਸਾਲ ਮੈਂ ਰੋਟੀ ਦਾ ਢਾਬਾ ਚਲਾਇਆ ਜੀ ਮੈਂ ਜਦੋਂ ਆਟੋ ਲੈ ਕੇ ਜਾਂਦੀ ਸੀ ਬਿਅਰ ਚ ਤੇ ਹੋਰ ਤਾਂ ਚੜਦ ਗਈ ਸੀ ਜਿਹੜੀ ਅਗੇ ਸੇ ਬੁੜੀ ਨੂੰ ਪੁੱਛ ਵੀ ਲੈਂਦੀ ਸੀ ਤੇ ਅਗਲੀਆਂ ਕਹਿੰਦੀਆਂ ਨਾ ਭੈਣੇ ਤੂੰ ਕਿਸੇ ਦੇ ਵਿੱਚ ਮਾਰ ਦੇਂਗੀ ਅਸ ਤੇਰੀ ਚੜਦ ਗਈਆਂ ਪਿੱਛੇ ਬੰਦਾ ਆਈ ਜਾਂਦਾ ਹੁੰਦਾ ਸੀ ਉਹਦੇ ਮੂਰੇ ਹੱਥ ਕਰ ਦਿੰਦੀਆਂ ਸੀ ਉਨਾਂ ਨਾਲ ਚੜਦੇ ਆ ਸੀ ਫਿਰ ਮੈਂ ਆਹਦੇ ਮਨ 'ਚ ਸੋਚਿਆ ਵੀ ਕੀ ਐ ਬੰਦਿਆਂ ਨਾਲ ਚੜ ਕੇ ਜ਼ਿਆਦਾ ਖੁਸ਼ ਐ ਮੈਂ ਵੀ ਪੱਗ ਬੰਨਣ ਲੱਗ ਜਾਂ ਮੇਰੇ ਨਾਲ ਚੜ ਜਾ ਕਰਨੀ ਪਰ ਤੂੰ ਕਹਿ ਰਿਹਾ ਬਾਈ ਚੇਂਜ ਕਰਤਾ ਚੇਂਜ ਕਰਤਾ ਜੀ ਜਦੋਂ ਮੈਂ ਦਿਹਾੜੀ ਕਰਦੀ ਸੀ ਜੀ ਕੋਈ ਆਮ ਬੰਦਾ ਵੀ ਨਹੀਂ ਮੈਨੂੰ ਸੱਸੀ ਗਾਲ ਬੁਲਾਉਂਦਾ ਸੀ ਤੇ ਜਦੋਂ ਦੀ ਪੱਗ ਬੰਨੀ ਐ ਜੀ ਵੱਡੇ ਵੱਡੇ ਬੰਦੇ ਸੱਸੀ ਗਾਲ ਬੁਲਾਉਂਦੇ ਆ ਤੁਹਾਡਾ ਕੰਮ ਚੱਲ ਰਿਹਾ ਤੇ ਇਹ ਪਾ ਦਸਤਾਰ ਸਿਰ ਦੇ ਉੱਪਰ ਇਸ ਤਰ੍ਹਾਂ ਹੀ ਰਹੂਗੀ ਤੇ ਇਹ ਜਿਹੜੇ ਫੇਸਪੁਜਾ ਇਸ ਤਰ੍ਹਾਂ ਹੀ ਰਹੂਗੀ ਜੇ ਬਦਲ ਦੇਣੀ ਆ ਉਹਨਾਂ ਨੇ ਸਾਨੂੰ ਬਦਲ ਦੇ ਨਹੀਂ ਹੁਣ ਤਾਂ ਐਂ ਜਾਵਾਂਗੇ ਜੀ ਉੱਪਰ ਵੀ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਮੈਂ ਹਾਂ ਜੈਸੀ ਬਰਾੜ ਬਟਿੰਡਾ ਤੋਂ ਜੁੜੇ ਹਾਂ ਜਿੱਥੇ ਕਿ ਭਾਰਤ ਨੂੰ ਮਰਦ ਪ੍ਰਧਾਨ ਦੇਸ਼ ਕਿਹਾ ਗਿਆ ਪਰ ਕੁਝ ਔਰਤਾਂ ਨੇ ਜਿਹੜੀਆਂ ਆਪਣਾ ਮਨੋਬਲ ਨਹੀਂ ਟੁੱਟਣ ਦਿੰਦੀਆਂ ਤੇ ਉਸ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਵਿਚਰਦੀਆਂ ਨੇ ਕਿ ਆਪਣਾ ਕਾਰੋਬਾਰ ਨਿਭਾਉਂਦੀਆਂ ਨੇ ਐਸੀ ਇੱਕ ਸਟੋਰੀ ਦਿਖਾਉਣ ਜਾ ਰਹੇ ਹਾਂ ਇੱਕ ਕਹਾਣੀ ਦਿਖਾਉਣ ਜਾ ਰਹੇ ਹਾਂ ਇੱਕ ਔਰਤ ਦੀ ਜੇਕਰ ਉਸ ਔਰਤ ਦੀ ਗੱਲ ਕਰ ਲਈਏ ਤਾਂ ਅਕਸਰ ਹੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਸੋ ਕਿਉਂ ਮੰਦਾ ਆਖੀਏ ਜਿਤ ਜਮੈ ਰਾਜਾਨ ਕਿਉਂਕਿ ਜਿਨ੍ਹਾਂ ਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ ਉਹਨਾਂ ਨੂੰ ਮਾੜਾ ਕਿਉਂ ਆਖਿਆ ਜਾਵੇ ਪਰ ਇੱਕ ਆਟੋ ਦੇ ਵਿੱਚ ਮੌਜੂਦ ਆ ਤੁਸੀਂ ਆਟੋ ਦੀਆਂ ਤਸਵੀਰਾਂ ਦੇਖ ਸਕਦੇ ਹੋ ਇੱਕ ਦਸਤਾਰ ਬੰਨੀ ਭੈਣ ਸਾਡੇ ਨਾਲ ਮੌਜੂਦ ਆ ਕਿਉਂਕਿ ਦਸਤਾਰ ਅਕਸਰ ਵੀਰ ਬੰਦੇ ਨੇ ਜਦੋਂ ਵੀਰ ਬੰਦੇ ਨੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂਜੀ ਭਰਾ ਜੀ ਇਹਨਾਂ ਦੇ ਦਸਤਾਰ ਬੰਨੀ ਗਈ ਹੈ ਪਰ ਇਸ ਭੈਣ ਨੇ ਦਸਤਾਰ ਬੰਨੀ ਆ ਉਹ ਦਸਤਾਰ ਬਨ ਕੇ ਤੇ ਜਿਹੜਾ ਪਹਿਰਾਵਾ ਹੈ ਉਹ ਵੀ ਮਰਦਾਂ ਵਾਲਾ ਪਾਇਆ ਹੈ ਉਹ ਕਾਰਨ ਕੀ ਆ ਆਪਾਂ ਗੱਲਬਾਤ ਨਾਲ ਸਾਰੀ ਆਪਾਂ ਆਟੋ ਤੋਂ ਬਾਹਰ ਆਉਨੇ ਆ ਕਿਉਂਕਿ ਜਿਹੜੀ ਗੱਲਬਾਤ ਦਾ ਸਿਲਸਲਾ ਹੈ ਉਹ ਆਪਾਂ ਜਾਰੀ ਰੱਖਦੇ ਆ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਚਿੰਦਰਪਾਲ ਜੀ ਚਿੰਦਰਪਾਲ ਜੀ ਅਕਸਰ ਹੀ ਤੁਹਾਨੂੰ ਅਸੀਂ ਰੋਡਾਂ ਤੇ ਦੇਖਦੇ ਆ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਤੇ ਜਦੋਂ ਰੋਡ ਤੇ ਵੀ ਜਾਂਦੇ ਹੋ ਤੁਸੀਂ ਤੁਹਾਡੇ ਦਸਤਾਰ ਬੰਨੀ ਹੁੰਦੀ ਹੈ ਤੁਸੀਂ ਆਟੋ ਲੈ ਕੇ ਆਟੋ ਚਲਾਉਣ ਦਾ ਕੰਮ ਕਰਦੇ ਹੋ ਕਿੰਨਾ ਚਿਰ ਤੋਂ ਇਹ ਕੰਮ ਕਰ ਰਹੇ ਹੋ ਮੈਨੂੰ ਜੀ 10-11 ਸਾਲ ਹੋ ਗਏ ਜੀ ਆਟੋ ਚਲਾਉਂਦੀ ਨੂੰ ਤੇ ਮੈਂ ਪਹਿਲਾਂ ਦਿਹਾੜੀ ਕਰਦੀ ਸੀ ਮਿਸਟਰ ਗਾ ਨਾਲ ਜੀ 5-6 ਸਾਲ ਮੈਂ ਦਿਹਾੜੀ ਕੀਤੀ ਹੈ ਜੀ ਤੇ ਮੁੜ ਕੇ ਮੈਂ ਰੋਟੀ ਦਾ ਢਾਬਾ ਕਰ ਲਿਆ ਸੀ 10-11 ਸਾਲ ਮੈਂ ਰੋਟੀ ਦਾ ਢਾਬਾ ਚਲਾਇਆ ਜੀ ਉਸ ਤੋਂ ਬਾਅਦ ਮੈਂ ਘਰੇ ਬੈਠ ਗਈ ਉੱਥੇ ਪੋਲ ਬਣ ਗਿਆ ਤੇ ਤਾਂ ਕਰਕੇ ਮੈਂ ਘਰੇ ਬੈਠੀ ਐ ਤੇ ਫਿਰ ਮੈਂ 2 ਸਾਲ ਘਰੇ ਬੈਠੀ ਰਹੀ 2 ਸਾਲਾਂ ਬਾਅਦ ਮੈਂ ਇੱਕ ਕਿਸ਼ਤਾਂ ਤੇ ਆਟੋ ਲਿਆ ਸੀ ਜੀ ਉਹ ਮੇਰਾ ਆਟੋ ਕਿਸ਼ਤਾਂ ਵਾਲੇ ਫੜ ਕੇ ਲੈ ਗਏ ਕਿਉਂਕਿ ਮੈਥੋਂ ਕਿਸ਼ਤ ਨਹੀਂ ਭਰੀ ਗਈ ਸੀ ਤੋ ਫੜ ਲਿਆ ਮੈਂ ਲੱਖ ਡੇਢ ਲੱਖ ਰੁਪਏ ਥੱਲੇ ਆ ਗਈ ਸੀ ਉਦੋਂ ਫਿਰ ਮੈਂ ਇਸੇ ਤਰ੍ਹਾਂ ਇੱਕ ਵੀਡੀਓ ਪਾਈ ਸੀ ਜੀ ਮੈਂ ਇਹਦੇ ਤੇ ਚੈਨਲ ਤੇ ਤੇ ਕਿਸੇ ਭੈਣ ਨੇ ਕੈਨੇਡਾ ਤੋਂ ਭੈਣ ਜੀ ਆ ਕੋਈ ਮੈਡਮ ਜੀ ਉਹਨਾਂ ਨੇ ਮੈਨੂੰ ਆ ਗੱਡੀ ਲੈ ਕੇ ਦਿੱਤੀ ਹੈ ਜੀ ਡੇਢ ਲੱਖ ਦੀ ਤੇ ਇੱਕ ਵੀਰ ਜੀ ਹੈ ਸਖਦੇਵ ਸਿੰਘ ਉਹ ਵੀ ਕੈਨੇਡਾ ਤੋਂ ਆ ਉਹਨਾਂ ਨੇ ਮੇਰੇ ਘਰੇ ਨਾ ਤਾਂ ਫਰਸ਼ ਲਵਾਈ ਜੀ ਨਾਲੇ ਉਹ ਚਾਦਰਾਂ ਪਾਈਆਂ ਜੀ ਵੀ ਆਟੋ ਖੜਾ ਜੇ ਜਿੱਥੇ ਜੀ ਹੁਣ ਜੀ ਤੁਸੀਂ ਪੱਗ ਬਨ ਕੇ ਮਰਦਾਂ ਵਾਲਾ ਪਹਿਰਾਵਾ ਪਾ ਕੇ ਆਟੋ ਚਲਾਉਨੇ ਹੋ ਕੀ ਇਹ ਜਾਂ ਕਾਰਨ ਬਣ ਗਿਆ ਕਿ ਤੁਸੀਂ ਇੱਕ ਔਰਤ ਹੋ ਕਿਉਂਕਿ ਔਰਤ ਨੂੰ ਤਾਂ ਖਾਸ ਕਰਕੇ ਆਪਣੇ ਕੱਪੜਿਆਂ ਨਾਲ ਆਪਣੇ ਲਿਬਾਸ ਨਾਲ ਆਪਣੇ ਹਾਰ ਸ਼ਿੰਗਾਰ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਤੇ ਤੁਸੀਂ ਉਹ ਸਾਰਾ ਕੁਝ ਛੱਡ ਕੇ ਤੁਸੀਂ ਇਸ ਪਾਸੇ ਆਏ ਹਾਰ ਸ਼ਿੰਗਾਰ ਵੀ ਤਾਂ ਹੀ ਚੰਗਾ ਲੱਗਦਾ ਜੀ ਜਦੋਂ ਘਰੋਂ ਬੰਦਾ ਸੁਖੀ ਹੋਵੇ ਮੇਰੇ ਘਰ ਵਾਲੇ ਨੇ ਮੇਰਾ ਤਲਾਕ ਹੋ ਗਿਆ ਸੀਗਾ ਜੀ ਮੈਂ ਇੱਥੇ ਆਪਦੇ ਪਿੱਕੇ ਦੇ ਘਰੇ ਰਹਿ ਰਹੀ ਆਂ। ਮੇਰੇ 4 ਬੱਚੇ ਹੋਏ ਸੀ। 3 ਬੱਚੇ ਮੇਰੇ ਗੁਜ਼ਰ ਗਏ ਜੀ। 1 ਗੁੜੀਆ ਕੋਲੇ। ਚਲੋ ਭਾਵੁਕ ਨਾ ਹੋ ਕਿਉਂਕਿ ਅਕਸਰ ਹੀ ਬੰਦੇ ਦੇ ਜਮਾਨੇ ਦੇ ਨਾਲ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ। ਜੇ ਜਉਂਦੇ ਜੀਆਂ ਦੇ ਨਾਲ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ। ਫਿਰ ਇਹ 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 ਪਹਿਰਾਵਾ ਕਿਵੇਂ ਅਪਣਾਇਆ? ਇਹ ਇੱਧਰ ਸੋਚ ਕਿਵੇਂ ਆਈ? ਇਹ ਸੋਚ ਜੀ ਆਏ ਆਈ ਕਿ ਮੈਂ ਜਦੋਂ ਆਟੋ ਲੈ ਕੇ ਜਾਂਦੀ ਸੀ ਬਾਜ਼ਾਰ 'ਚ। ਤੇ ਔਰਤਾ ਚੜਦਿਆਂ ਨਹੀਂ ਸੀ ਹਮ ਅਕਸਰ ਇਹ ਕਹਿ ਦਿੰਦੇ ਹੋਣੇ ਆ ਵੀ ਇਹ ਔਰਤ ਹੈ ਇਹ ਆਟੋ ਚਲਾਉਂਦੀ ਹੈ ਜਾਂ ਉਹ ਇੱਕ ਦਿਲ ਦੇ ਵਿੱਚ ਉਹ ਇਹ ਗੱਲ ਬਣੀ ਹੁੰਦੀ ਹੈ ਹਮੇਸ਼ਾ ਜਿਹੜੇ ਮਰਦਾ ਉਹ ਹੀ ਆਟੋ ਚਲਾਉਂਦਾ ਹਾਂਜੀ ਕਿਉਂਕਿ ਆਟੋ ਤੇ ਬਹਿੰਦਿਆਂ ਨਹੀਂ ਸੀ ਬੁੜੀਆਂ ਹਮ ਮੈਂ ਸੋਚਿਆ ਵੀ ਬੰਦਿਆਂ ਨਾਲ ਜਿਆਦਾ ਬਿੰਦਿਆਂ ਮੈਂ ਹੀ ਪੱਗ ਮੰਨ ਲੈਣੀ ਆ ਸ਼ਾਇਦ ਮੇਰੇ ਨਾਲ ਚੜਨ ਲੱਗ ਜਾਣ ਹੁਣ ਕੋਈ ਸ ਭੈਣਾ ਸਾਥ ਦਿੰਦੀ ਆ ਜੇ ਕਿਤੇ ਜਾਣਾ ਹੁੰਦਾ ਭੈਣਾ ਨਹੀਂ ਮੈਨੂੰ ਹੁਣ ਨੰਬਰ ਲਿਆ ਗਵਿਆ ਜੀ ਫੋਨ ਕਰ ਦਿੰਦੀ ਆ ਨੇ ਤੇ ਫੋਨ ਕਰ ਦਿੰਦੀ ਆ ਤੇ ਮੈਂ ਜਾਵੜੀ ਨਹੀਂ ਆ ਜੀ 10 ਰੁਪਏ ਵੱਧ ਵੀ ਦੇ ਦਿੰਦੇ ਕਹਿੰਦੇ ਮੈਂ ਸੇਸ ਕਰਕੇ ਟਾਈਮpass ਹੋਈ ਜਾਂਦਾ ਜੀ ਮੇਰਾ ਜਿਦੋਂ ਜਦੋਂ ਆਪਾਂ ਮੈਂ ਫਿਰ ਤੁਹਾਨੂੰ ਉਹੀ ਸਵਾਲ ਦੁਬਾਰਾ ਕਰਦਾ ਵੀ ਜਦੋਂ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਨੂੰ ਹਮੇਸ਼ਾ ਆਪਦੇ ਲਿਵਾਸ ਨਾਲ ਪਿਆਰ ਹੁੰਦਾ ਆਪਦੇ ਹਰ ਸ਼ਿੰਗਾਰ ਨਾਲ ਪਿਆਰ ਹੁੰਦਾ ਕਦੇ ਮਨ ਦੇ ਵਿੱਚ ਇਹ ਨਹੀਂ ਆਇਆ ਵੀ ਮੈਂ ਸਾਰਾ ਕੁਝ ਛੱਡ ਕੇ ਇਹ ਸੋਣ ਮਰਦਾਂ ਵਾਲੇ ਪਹਿਰਾਵੇ ਵੱਲ ਜਾ ਰਹੀ ਹਾਂ ਜੀ ਮੈਂ ਤਾਂ ਜਦੋਂ ਵਿਆਹੀ ਗਈ ਸੀ ਉਦੋਂ ਜਿਹੜਾ 6 ਸਾਲ ਸੀ ਮਹੀਨੇ ਲਾ ਲਿਆ ਜੀ ਲਾ ਲਿਆ ਨਹੀਂ ਕੋਈ ਹਰ ਸ਼ਿੰਗਾਰ ਨਹੀਂ ਮਿਲਾਇਆ ਪਹਿਲਾਂ ਤੋਂ ਸ਼ੁਰੂ ਤੋਂ ਹੀ ਸ਼ੌਂਕ ਨਹੀਂ ਸੀ ਮੈਨੂੰ ਦਾ ਵੈਸੇ ਜੀ ਕੁਝ ਬਖਤੀ ਹੈ ਉਹ ਜ ਆ ਪੈ ਗਿਆ ਤੇ ਮੈਂ ਬਹੁਤ ਘੱਟ ਲਾਂਦੀ ਐ ਜੀ ਤੇ ਹੁਣ ਤਾਂ ਪੂਰਾ ਹੀ ਮਰਦ ਬਣ ਗਈ ਬੈ ਜੀ ਤੇ ਕਿਉਂਕਿ ਹੁਣ ਮੈਂ ਜਦੋਂ ਸਵਾਰੀਆਂ ਢੋਣੀ ਆ ਭੈਣਾ ਮੈਨੂੰ ਕਹਿ ਕਹਿ ਵੀ ਦਿੰਦੇ ਐ ਇਹ ਕੀ ਜਲੂਸ ਕੱਢ ਰੱਖਿਆ ਤੁਸੀਂ ਹਾਂਜੀ ਕਹਿ ਦਿੰਦੇ ਐ ਘਰ ਦੇ ਵੀ ਬਥੇਰੇ ਕਹਿ ਦਿੰਦੇ ਐ ਜੀ ਜਿਹੜਾ ਸਮਝਦਾਰ ਉਹ ਤਾਂ ਨਹੀਂ ਕਹਿੰਦਾ ਵੀ ਇਹ ਮਜਬੂਰੀ ਐ ਮੇਰੀ ਹਾਂਜੀ ਹੁਣ ਕਈ ਵਾਰ ਮੈਂ ਬਾਹਰ ਅੰਦਰ ਵੀ ਢੇੜਾ ਲਾਉਣ ਵਗ ਜਾਣੀ ਐ ਤੇ ਤਾਂ ਕਰਕੇ ਪੱਗ ਮੈਨੂੰ ਬੰਨਣੀ ਪਈ ਜੀ ਪੱਗ ਚੰਗੀ ਲੱਗਦੀ ਹੈ ਬੰਨੀ ਇਹਦੇ ਨਾਲ ਫਕਰ ਦਾ ਮਹਿਸੂਸ ਹੁੰਦਾ ਵੀ ਤੁਸੀਂ ਪਾਗਲ ਬਨ ਕੇ ਜਾਂਦੇ ਹੋ ਤਾਂ ਬਾਹਰ ਪਿਆਰ ਸਤਿਕਾਰ ਮਿਲਦਾ ਹਾਂਜੀ ਵਾਦੂ ਮਿਲਦਾ ਜੀ ਵੱਡੇ ਵੱਡੇ ਬੰਦੇ ਕੋਈ ਭਾਈ ਜੀ ਕਹਿੰਦਾ ਕੋਈ ਪਪਾ ਕਹਿੰਦਾ ਕੋਈ ਬਾਬਾ ਜੀ ਕਹਿ ਜਾਂਦਾ ਤੇ ਮਤਲਬ ਬਹੁਤ ਇੱਜ਼ਤ ਹੁੰਦੀ ਹੈ ਜੀ ਪੱਗ ਨਾਲ ਅਕਸਰ ਇਹ ਗੱਲ ਕਹਿੰਦੇ ਜੀ ਜਦੋਂ ਜਿਹੜੇ ਬੰਦੇ ਦੇ ਪੱਗ ਬੰਨੀ ਹੋਵੇ ਜਿਵੇਂ ਤੁਸੀਂ ਤਾਂ ਇੱਕ ਔਰਤ ਹੋ ਉਹਦਾ ਕਹਿੰਦੇ ਸਤਕਾਰ ਰਤਬਾ ਕਹਿੰਦੇ ਜ਼ਿਆਦਾ ਹੁੰਦਾ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਆ ਕਿਉਂਕਿ ਪੱਗ ਦਾ ਸਤਕਾਰ ਜ਼ਿਆਦਾ ਹੁੰਦਾ ਹੈ ਇਹ ਹੈਗਾ ਫਰਕ ਕੁਝ ਬਹੁਤ ਜ਼ਿਆਦਾ ਜੀ ਵੱਡੇ ਵੱਡੇ ਬੰਦੇ ਮੈਨੂੰ ਫਤੇ ਬੁਲਾਉਂਦੇ ਨੇ ਜੀ ਇੱਜ਼ਤ ਕਰਦੇ ਨੇ ਮੇਰੀ ਜਦੋਂ ਮੈਂ ਦਿਹਾੜੀ ਕਰਦੀ ਸੀ ਜੀ ਕੋਈ ਆਮ ਬੰਦਾ ਵੀ ਨਹੀਂ ਮੈਨੂੰ ਸਸਰੀਕਾਲ ਬੁਲਾਉਂਦਾ ਸੀ ਤੇ ਜਦੋਂ ਦੀ ਪੱਗ ਬੰਨੀ ਹੈ ਜੀ ਵੱਡੇ ਵੱਡੇ ਬੰਦੇ ਸਸਰੀਕਾਲ ਬੁਲਾਉਂਦੇ ਆ ਡੀਸੀ ਨੇ ਸਮਾਨਤ ਕੀਤਾ ਜੀ ਮੈਨੂੰ ਤੇ ਦੂਰਦਰਸ਼ਨ ਜਲੰਧਰ ਤੇ ਵੀ ਮੇਰੀ ਇੰਟਰਵਿਊ ਆਈ ਸੀ ਜੀ ਇੱਕ ਵਾਰੀ ਤੇ ਵੈਸੇ ਤੁਸੀਂ ਕੀ ਕਹਿੰਦੇ ਉਦੋਂ ਆ ਜਦੋਂ ਔਰਤਾਂ ਦਾ ਦਿਨ ਮਨਾਉਂਦੇ ਆ ਜੀ ਕੀ ਹੁੰਦਾ ਉਹ ਮਹੀਨਾ ਤੇ ਵਸ ਜੀ ਹਾਂਜੀ ਉਹ ਮਨਾਇਆ ਸੀ ਉਦੋਂ ਉਹਨਾਂ ਨੇ ਮੈਨੂੰ ਸਨਮਾਨਤ ਕੀਤਾ ਸੀਗਾ ਤੇ ਇੱਕ ਡਿਨਰ ਸੈੱਟ ਦਿੱਤਾ ਸੀ ਜੇ ਕਤੋਲੀਆ ਦਿੱਤਾ ਸੀ ਬਹੁਤ ਵੱਡਾ ਜੇਕਰ ਗੱਲ ਕਰੀਏ ਤੁਸੀਂ ਔਰਤਾਂ ਤੁਹਾਡੇ ਰਿਸ਼ਤੇਦਾਰ ਵੀ ਐ ਪਰਿਵਾਰ ਦੇ ਹੋਰ ਸਖੀ ਸੰਦੀ ਵੀ ਹੋਣਗੇ ਉਹਨਾਂ ਨੇ ਕਦੇ ਕਿਹਾ ਵੀ ਤੁਸੀਂ ਇਹ ਲਿਵਾਸ ਐ ਜਿਹੜਾ ਛੱਡ ਦਿਓ ਇਹ ਫੇਸ ਪੂਛਾ ਛੱਡ ਦਿਓ ਤੁਸੀਂ ਆਪਦੇ ਸਹੀ ਫੇਸ ਪੂਛਾ ਦੇ ਵਿੱਚ ਰੋ हां जी ਬਥੇਰੇ ਕਹਿੰਦੇ ਆ ਕਹਿੰਦੇ ਤੂੰ ਜਲੂਸ ਕੱਢੀ ਫਿਰਦੀ ਰੱਖਦੀ ਐ ਤਾਂ ਸਾਰਾ ਦਿਨ ਤੂੰ ਛੂਟ ਪਾ ਕੇ ਰੱਖਿਆ ਕਰ ਮੈਂ ਕਿਹਾ ਜੀ ਹੁਣ ਮੈਂ ਤਾਂ ਜੇ ਤੋ ਕੰਮ ਤੇ ਬੰਦਿਆ ਵਾਲਾ ਚੋਲੇ ਤੇ ਮੈਂ ਤਾਂ ਬੰਦਿਆ ਵਾਲੇ ਕੱਪੜੇ ਪਾਉਂਗੀ ਕਿਉਂਕਿ ਜਦੋਂ ਹੁਣ ਕੋਈ ਸਵਾਰੀ ਨਹੀਂ ਚੜਦੀ ਸੀ ਕਈ ਤਾਂ ਪਹਿਣਾ ਮੈਂ ਜਦੋਂ ਛੂਟ ਪਾ ਕੇ ਚਲਾਂਦੀ ਸੀ ਮੈਨੂੰ ਕਹਿੰਹ ਜਾਂਦੀ ਅਸੀਂ ਕੀ ਪਤਾ ਇਹ ਜਾਣਦੀ ਵੀ ਆ ਕਿ ਨਹੀਂ ਕਿਸੇ ਦੇ ਵਿੱਚ ਨਾ ਮਾਰਦੇ ਹੈ ਹੁਣ ਕਿਸੇ ਨੂੰ ਪਤਾ ਲੱਗਦਾ ਜੀ ਮੇਰਾ ਕਿਸੇ ਨੂੰ ਨਹੀਂ ਪਤਾ ਲੱਗਦਾ ਬੋਲੇ ਤੋਂ ਪਤਾ ਲੱਗਦਾ ਜੀ ਮੈਂ तकरीबन ਕਹਿੰਦੇ ਅਸੀਂ ਵੀ ਜਦੋਂ ਦੇਖਿਆ ਤੁਹਾਨੂੰ तकरीबन ਪਤਾ ਨਹੀਂ ਲੱਗ ਰਿਹਾ ਸੀ ਕਿਉਂਕਿ ਅਕਸਰ ਹੀ ਤੁਹਾਨੂੰ ਅਸੀਂ ਜਦੋਂ ਰੋਡਾਂ ਤੇ ਵੇਖਦੇ ਸੀਗੇ ਤੇ ਅਕਸਰ ਬਹੁਤ ਸਾਰੀਆਂ ਮਹਿਲਾਵਾਂ ਨਾ ਢੇਰੀ ਢਾ ਜਾਂਦੀਆਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਪਰਿਵਾਰ ਦੇ ਵਿੱਚ ਇੰਨਾ ਕੁਝ ਹੋਇਆ ਉਹ ਢੇਰੀ ਢਾ ਜਾਂਦੀਆਂ ਵੀ ਅਸੀਂ ਹੁਣ ਅੱਗੇ ਕੀ ਕਰਾਂਗੀਆਂ ਤੇ ਗਲਤ ਜਿਹੜੇ ਫੈਸਲੇ ਆ ਉਹ ਜ਼ਿੰਦਗੀ ਦੇ ਲੈ ਜਾਂਦੀਆਂ ਨੇ ਤੁਸੀਂ ਉਹਨਾਂ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀਆਂ ਢੇਰੀ ਢਾ ਕੇ ਗਲਤ ਫੈਸਲੇ ਲਾਈਫ ਦੇ ਲੈ ਕੇ ਕਈ ਤਾਂ ਮੌਤ ਵੱਲ ਵੀ ਚਲੀਆਂ ਮੇਰੇ ਤਾਂ ਕਹਿਣੀ ਹੈ ਜੀ ਰੱਬ ਨੇ ਜ਼ਿੰਦਗੀ ਦਿੱਤੀ ਹੈ ਇੱਕ ਵਾਰ ਹੂੰ ਇਹਨੂੰ ਹਿੰਮਤ ਨਾਲ ਜਿਉ ਜਿਹੜੇ ਦਿਨ ਰੱਬ ਨੇ ਦਿੱਤੇ ਨੇ ਉਹ ਕੱਟਣੇ ਦਾ ਪੈਣਾ ਹੈ ਚਾਹੇ ਹੱਸ ਕੇ ਕੱਟ ਲੋ ਚਾਹੇ ਰੋ ਕੇ ਕੱਟ ਲੋ ਹਾਂਜੀ ਮੇਰਾ ਤਾਂ ਇਹੀ ਖਿਆਲ ਆ ਵੀ ਪੈਣਾ ਨੂੰ ਵੀ ਇਹੀ ਮੇਰੀ ਸੰਦੇਸ਼ਾ ਹੈਗਾ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਹਿੰਦੇ ਔਖਾ ਸੁੱਖਾ ਟਾਈਮ ਤਾਂ ਚੱਲਦਾ ਹੀ ਰਹਿੰਦਾ ਬੰਦੇ ਤੇ ਜੀ ਹੂੰ ਜਦੋਂ ਆਟੋ ਆਟੋ ਚਲਾਉਣੀ ਹੈ ਕਿਉਂਕਿ ਆਟੋ ਦਾ ਕੰਮ ਤਕਰੀਬਨ ਹੈਵੀ ਹੈ ਕੋਈ ਪੈਂਚਰ ਵੀ ਹੋ ਗਿਆ ਰਸਤੇ 'ਚ ਕਦੇ ਕੋ ਖਰਾਬ ਵੀ ਹੋ ਗਿਆ ਕਦੇ ਦਿੱਕਤ ਵੀ ਆ ਗਈ ਫਿਰ ਆਉਂਦੀਆਂ ਇਹ ਜਿਹੇ ਦਿੱਕਤਾਂ ਫਿਰ ਨਿਵਾਰੇ ਨੇ ਪਹਿਲੀ ਗੱਲ ਤਾਂ ਰੱਬ ਦੇ ਕਿਰਪਾ ਜੀ ਰਸਤੇ 'ਚ ਇਹ ਕਦੇ ਵਿਚਾਰਾ ਖਰਾਬ ਹੀ ਨਹੀਂ ਹੋਇਆ ਜੇ ਕਿਤੇ ਰਸਤੇ 'ਚ ਹੋ ਵੀ ਜਾਵੇ ਤੇ ਵੀਰ ਆਟੋ ਵਾਲੇ ਕਈ ਵਾਰ ਲੰਘਦੇ ਟੱਪਦੇ ਮੇਰੀ ਹੈਲਪ ਕਰ ਦਿੰਦੇ ਆ ਐਡੀ ਕੋਈ ਗੱਲ ਨਹੀਂ ਬਾਕੀ ਮੈਂ ਸਟੇਸ਼ਨ ਤੇ ਖੜਦੀ ਆ ਸਟੇਸ਼ਨ ਤੇ ਨਹੀਂ ਸਵਾਰੀ ਚੱਕਣ ਦਿੰਦੇ ਜੇ ਮੈਂ ਇੱਥੇ ਬੱਸ ਅੱਡੇ ਖੜਦੀ ਆ ਬਸ ੱਡੇ ਵਾਲੇ ਨਹੀਂ ਸਵਾਰੀ ਚੱਕਣ ਦਿੰਦੇ ਮੈਨੂੰ ਕਹਿੰਦੇ ਆਂ گا ਵੀ ਮਤਲਬ ਤੇ ਜਦੋਂ 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 ਆਟੋ ਚਲਾਉਣ ਲੱਗੇ ਸੀ ਸ਼ੁਰੂਆਤੀ ਦੌਰ ਦੇ ਵਿੱਚ ਉਦੋਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਤੁਸੀਂ ਆਟੋ ਚਲਾਉਂਦੇ ਸੀ ਰੋਡ ਦੇ ਉੱਪਰ ਜਾਂਦੇ ਸੀ ਤਾਂ ਤੁਹਾਡੇ ਕੋਲ ਸਵਾਰੀ ਤੁਸੀਂ ਦੱਸਿਆ ਵੀ ਨਹੀਂ ਚੜਦੀ ਸੀ ਉਹੋ ਜਿਹਾ ਵਿਹਾਰ ਕਿਸ ਤਰ੍ਹਾਂ ਦਾ ਮਿਲਦਾ ਸੀ ਉਦੋਂ ਬਸ ਆਹੀ ਸੀ ਜੇ ਕਿਸੇ ਬੁੜੀ ਨੂੰ ਪੁੱਛ ਵੀ ਲੈਂਦੀ ਸੀ ਤੇ ਅਗਲਿਆਂ ਕਹਿੰਦੀਆਂ ਨਾ ਭੈਣੇ ਤੂੰ ਕਿਸੇ ਦੇ ਵਿੱਚ ਮਾਰ ਦੇਂਗੀ ਅਸਤੇ ਨਹੀਂ ਚੜਦੀਆਂ ਪਿੱਛੇ ਬੰਦਾ ਆਈ ਜਾਂਦਾ ਹੁੰਦਾ ਸੀ ਉਹਦੇ ਮੂਰੇ ਹੱਥ ਕਰ ਦਿੰਦੀਆਂ ਸੀ ਉਨਾਂ ਨਾਲ ਚੜਦਿਆਂ ਸੀ ਫਿਰ ਮੈਂ ਆਹਦੇ ਮਨ 'ਚ ਸੋਚਿਆ ਵੀ ਕੀ ਹੈ ਬੰਦਿਆਂ ਨਾਲ ਚੜ ਕੇ ਜ਼ਿਆਦਾ ਖੁਸ਼ ਹੈ ਮੈਂ ਵੀ ਪੱਗ ਬੰਨਣ ਲੱਗ ਜਾ ਮੇਰੇ ਨਾਲ ਚੜ ਜਾ ਕਰਨੇ ਪਰ ਉਹ ਕਹਿਣਾ ਭਾਈ ਚੇਂਜ ਕਰਤਾ ਚੇਂਜ ਕਰਤਾ ਅੱਛਾ ਵੀ ਵੀ ਆਪਾਂ ਕਹਿੰਦੇ ਨੇ ਵੀ ਜਮਾਨੇ ਨੂੰ ਜਮਾਨੇ ਦੀ ਨਿਗਾ ਬਦਲਨੀ ਆ ਤਾਂ ਆਪ ਦੇ ਆਪ ਨੂੰ ਬਦਲਣਾ ਜ਼ਰੂਰੀ ਹੈ ਬੰਦਾ ਜੀ ਹਾਂਜੀ ਇਸ ਕਰਕੇ ਬਦਲਿਆ ਮੈਂ ਆਪਣੇ ਆਪ ਨੂੰ ਕਿਉਂਕਿ ਸਵਾਰੀਆਂ ਸਾਥ ਨਹੀਂ ਦਿੰਦੀਆਂ ਸੀ ਹੁਣ ਭਾਈ ਬਹੁਤ ਭੈਣਾ ਸਾਥ ਵੀ ਦਿੰਦੀਆਂ ਤੇ ਕਈ ਮੁਖੌਲ ਵੀ ਉਡਾਉਂਦੀਆਂ ਨੇ ਪਿਆਰ ਸਤਿਕਾਰ ਫਿਰ ਜਮਾਨੇ ਦਾ ਪੂਰਾ ਮਿਲਦਾ ਮਿਲਦਾ ਜੀ ਮਿਲਦਾ ਜੇਕਰ ਗੱਲ ਕਰ ਲਈਏ ਹੁਣ ਤੁਸੀਂ ਆਪਦੀ ਜ਼ਿੰਦਗੀ ਨੂੰ ਅੱਗੇ ਵਧਾਇਆ ਇੱਕ ਇੱਕ ਬੇਸਪੂਸ਼ਾ ਚੇਂਜ ਕਰਕੇ ਹੁਣ ਹੁਣ ਜੀਵਨ ਇਸ ਟਾਈਮ ਕਿਸ ਤਰ੍ਹਾਂ ਦਾ ਹੈਗਾ ਹਾਸ਼ਟਾਈਮ ਬਹੁਤ ਵਧੀਆ ਚੱਲੀ ਜਾਂਦਾ ਜੀ ਮੇਰੇ ਜੀਵਨ ਕਿਉਂਕਿ ਆਉਦਾ ਕਰਦੇ ਆ ਤੇ ਖਾਂਦੇ ਆ ਜੀ ਬਸ ਕੋਈ ਔਕਸਾ ਖੁਣ ਨਹੀਂ ਹੁਣ ਔਖ ਤਾਂ ਬਸ ਇੱਕ ਹੈ ਜੀ ਮੇਰੇ ਘਰੇ ਗੇਟ ਲੱਗਣ ਵਾਲਾ ਰਹਿੰਦਾ ਵੈਸੇ ਤਾਂ ਮੇਰਾ ਸਰਸੇ ਆਲਿਆਂ ਨੇ ਵਿਚਾਰਾ ਨੇ ਮਕਾਨ ਬਣਾਤਾ ਸੀਗਾ ਤੇ ਪਰਸ਼ਦਾ ਇਹਦੀ ਸੀ ਲਾਉਣ ਵਾਲੀ ਉਹ ਵੀਰ ਕਨੇਡਾ ਤੋਂ ਹੈ ਵੀਰ ਜੀ ਉਹਨਾਂ ਨੇ ਲਵਾਤੀ ਸੀਗੀ ਵੀ ਮਦਦ ਨਾਲ ਸਾਰੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੇ ਜਿਹੜੇ ਮਸਲੇ ਆ ਉਹ ਹੱਲ ਹੋ ਗਏ ਜੀ ਹਾਂ ਉਹਨਾਂ ਦਾ ਇੱਕ ਗੇਟ ਰਹਿ ਗਿਆ ਜੀ ਥੋੜਾ ਬਹੁਤਾ ਸਿਰ ਤੇ ਕਰ ਜਾ ਉਹ ਵੀ ਮਹਾਰਾਜ ਦੀ ਕਿਰਪਾ ਹੋਊਗੀ ਤਾਂ ਕੋਈ ਕਰ ਦੂ ਵੀਰ ਮਿਹਰਬਾਨੀ ਨਹੀਂ ਫਿਰ ਨਹੀਂ ਫਿਰ ਕਮਾ ਕੇ ਤਾਂ ਲਾ ਦੇਣਾ ਲਾ ਹੀ ਦੇਣਾ ਜੀ ਹਾਂਜੀ ਹੌਲੀ ਹੌਲੀ ਲਾਹੀ ਜਾਂਦੇ ਆ ਜੀ ਜਿਵੇਂ ਜਿਵੇਂ ਕੰਮ ਚੱਲੀ ਜਾਂਦਾ ਇੱਕ ਕਮਗਾਈ ਹੁਣ ਮੇਰਾ ਲਾਸਟੇ ਸਵਾਲ ਇਹੀ ਆ ਕਿਉਂਕਿ ਤੋੜਾ ਕੰਮ ਇਸ ਚੱਲ ਰਿਹਾ ਤੇ ਇਹ ਦਸਤਾਰ ਸਿਰ ਦੇ ਉੱਪਰ ਇਸ ਤਰ੍ਹਾਂ ਹੀ ਰਹੂਗੀ ਤੇ ਇਹ ਜਿਹੜੇ ਫੇਸ ਪੂਜਾ ਇਸ ਤਰ੍ਹਾਂ ਹੀ ਰਹੂਗੀ ਜੇ ਬਦਲ ਦੇਣੀ ਆ ਉਹਨਾਂ ਨੇ ਨਹੀਂ ਜੀ ਨਹੀਂ ਬਦਲ ਦੇਣੀ ਹੁਣ ਤਾਂ ਆ ਹੀ ਜਾਵਾਂਗੇ ਜੀ ਉੱਪਰ ਵੀ ਅੱਛਾ ਇਹ ਨਾਲ ਹੀ ਜਾਣੀ ਆ ਨਾਲ ਹੀ ਜਾਣੀ ਆ ਜੀ ਹੁਣ ਕਿ ਹੁਣ ਇੱਕ ਵਾਰੀ ਸਿਰ ਤੇ ਦਸਤਾਰ ਸਜਾ ਲਈ ਤਾਂ ਦਸਤਾਰ ਸਿਰ ਤੇ ਹੀ ਜਾਏਣੀ ਨਹੀਂ 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 ਹੁਣ ਹਾਂ ਜੀ ਇੰਨਾ ਪਿਆਰ ਹੋ ਗਿਆ ਦਸਤਾਰ ਨਾਲ ਵਾਧੂ ਵਾਧੂ ਜੀ ਵੇਰੇ ਔਕਾ ਨਹੀਂ ਲੱਗਦਾ ਪੂਣੀ ਕਰਾ ਕੇ ਉਹ ਕਹਿੰਦੇ ਹੁੰਦੇ ਆ ਵੀ ਬੰਨਣੀ ਹੀ ਤਾਂ ਕੱਲੇ ਬੰਦੇ ਦਾ ਵੈਸੇ ਔਕਾ ਹੋ ਜਾਂਦਾ ਜੀ ਹਾਂ ਜੀ ਨਹੀਂ ਨਹੀਂ ਜੀ ਮੇਰੀ ਮਾਤਾ ਜੀ ਹੈਗੀ ਆ ਉਹ ਕਰਾਉਂਦੀ ਆ ਪੂਣੀ ਨਹੀਂ ਤਾਂ ਮੈਂ ਉਹਦੇ ਕੁੰਡੇ ਨਾਲ ਇਸ ਤਰ੍ਹਾਂ ਬੰਨ ਕੇ ਹਮ ਤਸਤੇ ਨਾਲ ਤੇ ਆਪ ਹੀ ਪੂਣੀ ਕਰ ਲੈਣੀ ਹੈ ਜੀ ਇਹ ਹੁਣ 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 ਉਹ ਕੋ ਕੰਮ ਸੌਖਾ ਹੋ ਹਾਂ ਜੀ ਦਿੱਕਤ ਕੋਈ ਨਹੀਂ ਆਉਂਦੀ ਮੈਨੂੰ ਬਿਲਕੁਲ ਹ ਭੈਣ ਨਾਲ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਅਕਸਰ ਹੀ ਇਹ ਜਮਾਨੇ ਦੇ ਵਿੱਚ ਕਿਹਾ ਜਾਂਦਾ ਹੈ ਕਹਿੰਦੇ ਮਰਦ ਪ੍ਰਧਾਨ ਦੇਸ਼ ਹੈ ਔਰਤਾਂ ਦਾ ਇਸ ਦੇਸ਼ ਦੇ ਵਿੱਚ ਜਿਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਆਪਾਂ ਕਹਿੰਦੇ ਨੇ ਵੀ ਢੇਰੀ ਟਾਉਣ ਦੀ ਕੋਈ ਲੋੜ ਨਹੀਂ ਕੱਲਿਆਂ ਵੀ ਜ਼ਿੰਦਗੀ ਹੈ ਜਿਹੜੀ ਉਹ ਜੀ ਜਾ ਸਕਦੀ ਹੈ ਕਿਤਨੇ ਕਿਤੇ ਮਿਸਾਲ ਹੈ ਇਹ ਭੈਣ ਸਿਰ ਦੇ ਉੱਪਰ ਦਸਤਾਰ ਸਜਾਈ ਤਾਂ ਸਜਾਈ ਕਿਉਂਕਿ ਕੰਮ ਨਹੀਂ ਮਿਲਦਾ ਸੀ ਆਟੋ ਚਲਾਉਂਦੇ ਸੀ ਤਾਂ ਔਰਤਾਂ ਅਕਸਰ ਹੀ ਕਹਿ ਦਿੰਦੀਆਂ ਸਨ ਤੈਨੂੰ ਨਹੀਂ ਚਲਾਉਂਦਾ ਹੋਂਦਾ ਤਾਂ ਕਿਤੇ ਨਾ ਕਿਤੇ ਕਿਸੇ ਵਿੱਚ ਮਾਰ ਦੇਵੇਂਗੀ ਤੇ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਦੱਸਿਓ ਜ਼ਰੂਰ ਮੈਂ ਬਠਿੰਡਾ ਤੋਂ ਮਿਲਿਛਦੇ ਨਾਲ ਜ ਪ੍ਰਾਈਮੇਰੀ ਸ਼ੇਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ ਸੱਸੀ ਗਾਲ ਜੀ